ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਸਨ ਸੋਨੀਆ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਲੋਕ ਸਭਾ ਵਿੱਚ ਕੇਂਦਰ ਸਰਕਾਰ ਖਿਲਾਫ ਬੇਰੋਜ਼ਗਾਰੀ ਮਤੇ ਤੇ ਚਰਚਾ ਜਾਰੀ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੌਜੂਦਾ ਅਸਲ ਜੀ ਡੀ ਪੀ ਦਰ 6.5 ਫੀਸਦੀ ਤੱਕ ਪਹੁੰਚਣ ਦਾ ਲਾਇਆ ਅਨੁਮਾਨ ਸੱਤ ਮੈਂਬਰੀ ਅੰਤਰ ਮੰਤ్రਾਲਾ ਕੇਂਦਰੀ ਟੀਮ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਤ ਮੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਭਾਰਤੀ ਐਥਲੀਟਾਂ ਨੂੰ ਦਿੱਤੀ ਵਧਾਈ ਅੱਜ ਏਸ਼ੀਆਈ ਚੈਂਪੀਅਨਸ ਹਾਕੀ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ ਦੇਰ ਨੂੰ ਕਬਰਨ ਵਿਸਥਾਰ ਨਾਲ ਲੋਕ ਸਭਾ ਵਿੱਚ ਸਰਕਾਰ ਦੇ ਖਿਲਾਫ ਕੱਲ ਬੇਪਰੋਸਕੀ ਮਤਾ ਪੇਸ਼ ਕੀਤਾ ਗਿਆ ਕਾਂਗਰਸ ਦੇ ਸੰਸਦ ਗੌਰਵ ਗੰਗੋਈ ਨੇ ਮਤੇ ਤੇ ਬਹਿਸ ਸ਼ੁਰੂ ਕੀਤੀ ਉਹਨਾਂ ਨੇ ਕਿ ਆਈ ਐਨ ਡੀ ਆਈ ਇਹ ਗਠਬੰਧਨ ਵੱਲੋਂ ਮਣੀਪੁਰ ਲਈ ਬੇਪਰੋਸਕੀ ਮਤਾ ਲਿਆਂਦਾ ਗਿਆ ਹੈ ਕਿਉਂਕਿ ਸੂਬਾ ਨਿਆਂ ਦੀ ਮੰਗ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਮਹਿਲਾਵਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਗੰਗੋਈ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਮਣੀਪੁਰ ਵਾਂਗ ਦੋ ਭਾਈਚਾਰਿਆਂ ਵਿਚਾਲੇ ਇਸ ਤਰ੍ਹਾਂ ਦੀ ਵੰਡ ਨਹੀਂ ਦੇਖੀ ਭਾਤੀ ਜਨਤਾ ਪਾਰਟੀ ਦੇ ਨਿਸ਼ੀਕਾਂਤ ਦੂਬੇ ਨੇ ਨਵੇਂ ਗਠਬੰਧਨ ਆਂਡੀਆ ਦੀ ਇਕਤਾ ਤੇ ਸਵਾਲ ਖੜਾ ਕੀਤਾ। ਉਹਨਾਂ ਨੇ ਪਿਛਲੇ ਸਮੇਂ ਦੀਆਂ ਕਈ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਕਾਂਗਰਸ ਸ਼ਾਸਨ ਦੌਰਾਨ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾਦਲ ਅਤੇ ਤਿਰਨਮੂਲ ਕਾਂਗਰਸ ਸਮੇਤ ਵਿਰੋਧੀ ਦਲਾਂ ਦੇ ਨੇਤਾਵਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਅਤੇ ਕਾਰਵਾਈ ਵੀ ਹੋਈ ਹੈ। तृणमूल कांग्रेस ਦੇ ਸਵਾਗਤ ਰਾਏ ਭਾਰਤੀ ਜਨਤਾ ਪਾਰਟੀ ਤੇ ਸਵਾਲ ਉਠਾਉਂਦਿਆਂ ਕਿ ਆ ਕਿ ਪਾਰਟੀ ਨੇ ਪੱਛਮ ਬੰਗਾਲ ਵਿੱਚ ਇੱਕ ਵਫ਼ਦ ਭੇਜਿਆ ਸੀ ਪਰ ਮਣੀਪੁਰ ਵਿੱਚ ਨਹੀਂ ਭੇਜਿਆ। ਰਾਸ਼ਟਵਾਦੀ ਕਾਂਗਰਸ ਪਾਰਟੀ ਦੀ ਸੁਪਰੀਆ ਸੁਲੇਹ ਨੇ ਇਸ ਮੁੱਦੇ ਤੇ ਮਣੀਪੁਰ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਸਮਾਜਵਾਦੀ ਪਾਰਟੀ ਦੀ ਟਿੰਪਲ ਯਾਦਵ ਨੇ ਮਣੀਪੁਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਜਨਤਾ ਪ੍ਰਗਟ ਕੀਤੀ। ਭੀਯੁ ਜਨਤਾ ਦਲ ਦੇ ਪినాਕੀ ਮਿਸ਼ਰਾ ਨੇ ਬੇਪਰੋਸ ਕੀ ਮਤਾ ਮਤੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਪਾਰਟੀ ਲੈ ਕੇ ਆਈ ਹੈ ਤੇ ਇਸ ਦਾ ਖਾਰਜ ਹੋਣਾ ਨਿਸ਼ਚਿਤ ਹੈ ਸਦਨ ਵਿੱਚ ਵਿਰੋਧੀ ਧਿਰਾਂ ਦੇ ਹੰਗਾਮੇ ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਵਿਗਨਕਾਰੀ ਰਾਜਨੀਤੀ ਦਾ ਲਾਭ ਨਾ ਪਹਿਲਾਂ ਮਿਲਿਆ ਹੈ ਤੇ ਨਾ ਹੀ ਭਵਿੱਖ ਵਿੱਚ ਮਿਲੇਗਾ ਸ਼ਿਵ ਸੈਨਾ ਉਦਵ ਠਾਕਰੇ ਦੇ ਅਰਵਿੰਦਿਸ਼ ਸਾਵੰਤ ਨੇ ਦੋਸ਼ ਲਗਾਇਆ ਕਿ ਕੇਂਦਰ 70 ਦਿਨਾਂ ਤੱਕ ਮਣੀਪੁਰ ਮੁੱਦੇ ਤੇ ਚੁੱਪ ਰਿਹਾ ਹੈ ਸામਤ ਨੇ ਕਿਹਾ ਕਿ ਇਹ ਸਰਕਾਰ ਦਾ ਫਰਜ਼ ਹੈ ਕਿ ਉਹ ਜ਼ਰੂਰੀ ਕਦਮ ਉਠਾਏ ਪਰ ਉਹ ਅਸਫਲ ਰਹੀ ਹੈ। ਪ੍ਰithvi ਵਿਗਿਆਨ ਮੰਤਰੀ ਕਿਰਨ ਰਿਜੂ ਨੇ ਕਿਹਾ ਕਿ ਕੇਂਦਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਇਤਿਹਾਸ ਇਤਿਹਾਸ ਹੈ ਕਿਉਂਕਿ ਇਹ ਆਖਰੀ ਪ੍ਰਸਤਾਵ ਹੋਵੇਗਾ ਜੋ ਨਵੇਂ ਸੰਸਦ ਭਵਨ ਵਿੱਚ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਖਾਰਜ ਹੋ ਜਾਵੇਗਾ। ਵਿਰੋਧੀ ਪੱਖ ਤੇ ਨਿਸ਼ਾਨਾ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਗਠਬੰਧਨ ਦਾ ਆਈਐਨਡੀਆ ਦੇ ਨਾਂ ਰੱਖਣ ਨਾਲ ਕੁਝ ਨਹੀਂ ਹੋਵੇਗਾ ਜਦਕਿ ਇਹ ਅਸਲ ਵਿੱਚ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ। ਉਨਾ ਕਿਹਾ ਕਿ ਲੋਕਾਂ ਲਈ ਕੰਮ ਕਰਨਾ ਤੇ ਉਹਨਾਂ ਦੇ ਮੁੱਦਿਆਂ ਨੂੰ ਸਮਝ ਕੇ ਹੀ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਤੱਕ ਪਹੁੰਚ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜ ਕਰਕੇ ਪੂਰਬ ਉੱਤਰ ਦੇ 8 ਸੂਬਿਆਂ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਸੁਨੀਤਾ ਦੁੱਗਲ ਨੇ ਵਿਰੋਧੀ ਧਿਰ ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਜਨਾ ਪਾਰਟੀਆਂ ਦੇ ਖਿਲਾਫ ਬੋਲ ਰਹੀ ਸੀ ਉਹਨਾਂ ਨਾਲ ਹੀ ਉਸਨੇ ਗੱਠ ਛੋੜ ਕਰ ਲਿਆ ਪਰ ਇਸ ਜ਼ਿਆਦਾ ਦੇਰ ਤੱਕ ਇਕੱਠੇ ਨਹੀਂ ਰਹਿਣਗੇ। ਕਾਂਗਰਸ ਦੇ ਸੰਸਦ ਮਨੀਸ਼ ਦਿਵਾੜੀ ਨੇ ਕਿਹਾ ਕਿ ਸੰਸਦ ਵਿੱਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ 4 ਸਾਲ ਬੀਤ ਚੁੱਕੇ ਨੇ ਪਰ ਜੰਮੂ ਕਸ਼ਮੀਰ ਵਿੱਚ ਅਜੇ ਤੱਕ ਵਿਧਾਨ ਸਭਾ ਚੋਣਾਂ ਨਹੀਂ ਹੋਈਆਂ। ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਭਾਰਤ ਚੀਨ ਝੜਪਾਂ ਤੇ ਸੰਸਦ ਵਿੱਚ ਕੋਈ ਚਰਚਾ ਨਹੀਂ ਹੋ ਰਹੀ। ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਵਿੱਚ ਦੇਸ਼ ਦੀ ਅਸਲ ਜੀਡੀਪੀ ਦਰ 6.5 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਜੁਲਾਈ 2023 ਲਈ ਆਪਣੀ ਤਾਜ਼ਾ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੇ ਅਸਲ ਜੀ ਡੀ ਪੀ ਵਿਕਾਸ ਦਰ ਦੇ ਪੂਰਵ ਅਨੁਮਾਨ ਨੂੰ ਵੀ 6 ਅਧਾਰ ਅੰਕ ਨਾਲ ਸੋਧਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਜੀ ਡੀ ਪੀ ਨੂੰ 5.9 ਫੀਸ ਤੋਂ ਵਧਾ ਕੇ 6.1 ਫੀਸ ਕਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਸੁਧਾਰਨ ਲਈ ਕਈ ਉਪਰਾਲੇ ਕੀਤੇ ਨੇ ਜਿਸ ਦੇ ਸਿੱਟੇ ਵਜੋਂ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵਧਣ ਵਿੱਚ ਮਦਦ ਮਿਲੇਗੀ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਵਸਤੂ ਅਤੇ ਸੇਵਾਵਾਂ ਟੈਕਸ ਅਪੀਲ ਟ੍ਰਿਬਿਊਨਲ ਬਣਾਏ ਜਾਣਗੇ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕੱਲ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਟੈਕਸ ਜੀਐਸਟੀ ਕੌਂਸਲ ਦੀ 9ਵੀਂ ਮੀਟਿੰਗ ਵਿੱਚ ਅਪੀਲ ਟ੍ਰਿਬਿਊਨਲ ਬਣਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾਈ ਬੈਂਚ ਪੜਾवार ਸਥਾਪਿਤ ਕੀਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਜੂਨ ਮਹੀਨੇ ਤੱਕ ਕੇਂਦਰੀ ਜੀਐਸਟੀ ਅਥਾਰਟੀ ਨਾਲ ਸੰਬੰਧਿਤ 14000 ਤੋਂ ਵੱਧ ਜੀਐਸਟੀ ਅਪੀਲਾਂ ਵਕਫ ਵਕਫ ਪੱਧਰ ਤੇ ਪੈਂਡਿੰਗ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ 100 ਕਰੋੜ ਲੋਕਾਂ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਭ ਤੋਂ ਪ੍ਰਸਿੱਧ ਟੈਲੀਵਿਜ਼ਨ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਕੋੜ ਦਰਸ਼ਕਾਂ ਦੇ ਕਾਫੀ ਪਹੁੰਚਾ ਹੈ। ਨਿਰਗ ਠਾਕੁਰ ਨੇ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਰੋहतक ਵੱਲੋਂ ਕਰਵਾਏ ਗਏ ਇੱਕ ਅਧਿਐਨ ਮੁਤਾਬਕ ਮਨ ਕੀ ਬਾਤ ਪ੍ਰੋਗਰਾਮ ਦੀ ਲਗਭਗ 100 ਕਰੋੜ ਲੋਕਾਂ ਤੱਕ ਪਹੁੰਚ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਕਾਸ਼ਵਾਣੀ ਤੇ ਦੂਰਦਰਸ਼ਨ ਉਤੇ ਮਨ ਕੀ ਬਾਤ ਪ੍ਰੋਗਰਾਮ ਦਾ ਮਹੀਨੇ ਬਾਅਦ ਪ੍ਰਸਾਰਣ ਬਿਨਾਂ ਕਿਸੇ ਵਾਧੂ ਖਰਚੇ ਦੇ ਚੱਲ ਰਿਹਾ ਹੈ। ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਪੰਜਾਬ ਦੇ ਕਾਨੂੰਨ ਪ੍ਰਬੰਧ ਨੂੰ ਲੈ ਕੇ ਸਵਾਲ ਚੁੱਕੇ। ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਪੈਸਾ ਇਸ਼ਤਿਹਾਰਾਂ ਤੇ ਖਰਚ ਕਰ ਰਹੇ ਨੇ ਉਸ ਨਾਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਸਕਦਾ ਏ। ਉਹਨਾਂ ਨੇ ਰਾਜ ਸਰਕਾਰ ਤੇ ਦੋਹਰੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਦੇ ਬਿਆਨਾਂ ਵਿੱਚ ਕੋਈ ਤਾਲਮਿਲ ਨਹੀਂ ਹੁੰਦਾ। ਸਰਕਾਰ ਦਾ ਗਵਰਨਸ ਕਮੇਟੀ ਆਨ ਵੀ ਸਭ ਸੋਮਾਈ ਸਬਮਿਸ਼ਨ ਤੇ ਸਰਕਾਰ ਨੂੰ ਅਕਲ ਨਹੀਂ ਕਿ ਜਿਹੜਾ ਉਹਨੂੰ ਤੁਹਾਨੂੰ ਚੁਣਿਆ ਗਿਆ ਡਿਵਰਸਸ ਆਸਤੇ ਚੁਣਿਆ ਗਿਆ ਉਹ ਜੁਗਤਾਰੀ ਰਵਾਲ ਡਿਵਰਸਸ ਕਰ ਤੇ ਇੰਡਸਟਰੀਆਂ ਉਸ ਜਗ੍ਹਾ ਜਿਹੜੇ ਕਰਪਟ ਅਫਸਰਾਂ ਉੱਤੇ ਕਾਰਵਾਈ ਕਰ ਤੇ ਆ ਜਿਹੜਾ ਮੌਜੂਦਾ ਕਿਸਾਨਾਂ ਦਾ ਗਰੀਬਾ ਦਾ ਬੰਦਾ ਪੰਜਾਬ ਵਿੱਚ ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰ ਦੀ ਸੱਤ ਮੈਂਬਰੀ ਅੰਤਰ ਮੰਤਰੀ ਲਾ ਟੀਮ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਵਿੱਤੀ ਸਲਾਹਕਾਰ ਰਵਿਨੇਸ਼ ਕੁਮਾਰ ਦੀ ਅਗਵਾਈ ਵਿੱਚ ਆਈਐਸ ਟੀਮ ਨੇ ਮੁਹਾਲੀ ਜ਼ਿਲ੍ਹੇ ਦੇ ਟਿਵਾਣਾ, ਸਰਸਿਨੀ ਅਤੇ ਆਲਮਗੀਰ ਪਿੰਡਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਅਤੇ ਸ਼ੁਤਰਾਣਾ ਇਲਾਕੇ ਦਾ ਦੌਰਾ ਕੀਤਾ। ਸਨੌਰ ਅਤੇ ਸ਼ੁਤਰਾਣਾ ਹਲਕੇ ਦੇ ਵਿਧਾਇਕਾਂ ਨੇ ਹਰਮਿਤ ਸਿੰਘ ਪਠਾਨ ਮਾਜਰਾ ਅਤੇ ਕੁਲਵੰਤ ਸਿੰਘ ਨੇ ਆਪਣੇ ਹਲਕਿਆਂ ਵਿੱਚ ਹੋਏ ਨੁਕਸਾਨ ਅਤੇ ਪ੍ਰਭਾਵਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ। ਕੇਂਦਰੀ ਟੀਮ ਨੇ ਰੋਡ ਜਗੀਰ ਾਤਸ਼ਾਪੁਰ, ਰਾਮਪੁਰ, ਪੜਤਾ ਵਿਖੇ ਟਾਂਗਰੀ ਤੇ ਕੱਗਰ ਦੇ ਪਾਣੀ ਨਾਲ ਹੜਾਂ ਕਾਰਨ ਹੋਏ ਨੁਕਸਾਨ ਤੋਂ ਪੀੜਤ ਕਿਸਾਨਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ 10 ਜੁਲਾਈ ਨੂੰ ਆਏ ਹੜਾਂ ਕਾਰਨ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਬਚਾਅ ਤੇ ਰਹਿਤਕਾਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਟੀਮ ਨੇ ਖੇਤੀਬਾੜੀ ਅਤੇ ਜਲ ਨਿਕਾਸ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਰਵਿਨੇਸ਼ ਕੁਮਾਰ ਨੇ ਕਿਹਾ ਕਿ ਉਹ ਨੁਕਸਾਨ ਸੰਬੰਧੀ ਜਾਇਜ਼ੇ ਦੀ ਰਿਪੋਰਟ ਜਲਦੀ ਤੋਂ ਜਲਦੀ ਸਬੰਧਤ ਮੰਤਰਾਲੇ ਨੂੰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮੈਮੋਰੰਡਮ ਦੇ ਤੌਰ ਤੇ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ, ਫਸਲਾਂ, ਘਰਾ ਸਮੇਤ ਹੋਰ ਮਾਲੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਨਿਰਧਾਰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਉਦੇਸ਼ ਤਹਿਤ ਪੰਜਾਬ ਦੇ ਸੈਰਸਪਟਾ ਵਿਭਾਗ ਨੇ ਹਾਲ ਹੀ ਵਿੱਚ ਇੰਡੀਆ ਇੰਟਰਨੈਸ਼ਨਲ ਟਰੈਵਲ ਮਾਰਟ ਆਈਆਈਟੀਐਮ ਇਵੈਂਟ ਵਿੱਚ ਭਾਗ ਲਿਆ ਇਸ ਬਾਰੇ ਜਾਣਕਾਰੀ ਦਿੰਦੇ ਆਂ ਪੰਜਾਬ ਦੇ ਸੈਰਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਪੰਡਾਰੀ ਨੇ ਦੱਸਿਆ ਕਿ ਸੂਬੇ ਨੇ ਇਸ ਸਾਲ ਚੇਨਈ ਵਿੱਚ ਆਈਆਈਟੀਐਮ ਵਿੱਚ ਪੰਜਾਬ ਸੈਰਸਪਟਾ ਉਮੈਦਾਂ ਤੋਂ ਕਿਤੇ ਵੱਧ ਰਿਹਾ ਇਸ ਵਪਾਰਕ ਮੇਲੇ ਨੇ ਤਾਮਿਲਨਾਡੂ ਅਤੇ ਇਸ ਤੋਂ ਬਾਅਦ ਦੇ ਸੈਰਸਪਟਾ ਉਦਯੋਗ ਲਈ ਪੰਜਾਬ ਦੇ ਪ੍ਰਦਰਸ਼ਕਾਂ ਨਾਲ ਜੁੜਨ ਸੰਬੰਧ ਸਥਾਪਿਤ ਕਰਨ ਅਤੇ ਵਪਾਰ ਕਰਨ ਲਈ ਇੱਕ ਸ਼ਾਨਦਾਰ ਮੰਚ ਪੇਸ਼ ਕੀਤਾ ਹੈ ਆਈਆਈਟੀਐਮ ਚੇਨਈ ਦੌਰਾਨ ਪੰਜਾਬ ਟੂਰਿਜ਼ਮ ਨੇ ਸੂਬੇ ਦੇ ਵੱਖ-ਵੱਖ ਪਾਈਵਾਲਾਂ ਦੇ ਇੱਕ ਵਫ਼ਦ ਨਾਲ ਇਸ ਵਿੱਚ ਹਿੱਸਾ ਲਿਆ ਵਫ਼ਦ ਵਿੱਚ ਪੋਰਟਲ ਉਦਯੋਗ ਟਰੈਵਲ ਅਤੇ ਟੂਰ ਆਪਰੇਟਰ ਅਤੇ ਸੂਬੇ ਵੱਲੋਂ ਰਜਿਸਟਰਡ ਬੈਡ ਐਂਡ ਬ੍ਰੇਕਫਾਸਟ ਅਤੇ ਫਾਰਮ ਹਾਊਸਸ ਦੀਆਂ ਇਕਾਈਆਂ ਦੇ ਨੁਮਾਇੰਦੇ ਸ਼ਾਮਲ ਸਨ ਵਫ਼ਦ ਨੇ ਪੰਜਾਬ ਟੂਰਿਜ਼ਮ ਸਟਾਲ ਪਵੇਲੀਅਨ ਦਾ ਵੀ ਦੌਰਾ ਕੀਤਾ ਜਿੱਥੇ ਉਹਨਾਂ ਨੂੰ ਪੰਜਾਬ ਦੇ ਸੈਰ ਸਪਟੇ ਦੀਆਂ ਪੇਸ਼ਕਸ਼ਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ ਕੈਨੇਡਾ ਵਿੱਚ ਵਰਲਡ ਪੁਲਿਸ ਅਤੇ ਫਾਇਰ ਗੇਮਸ ਕਰਵਾਈਆਂ ਗਈਆਂ ਜਿਸ ਵਿੱਚ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਦੌਰਾਨ ਫਾਜ਼ਲ ਕਾ ਪੁਲਿਸ ਤੇ ਸਿਪਾਹੀ ਲਖਵਿੰਦਰ ਸਿੰਘ ਨੇ 골ਡ ਮੈਡਲ ਜਿੱਤਿਆ ਅਤੇ ਉਸਦੇ ਫਾਜ਼ਲ ਕਾ ਪਹੁੰਚਣ ਤੇ ਐਸਐਸਪੀ ਤੋਂ ਲੈ ਕੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਜੇਤੂ ਪੁਲਿਸ ਖਿਡਾਰੀ ਦਾ ਸਵਾਗਤ ਕੀਤਾ ਗਿਆ ਤਾਰਿਆਂ ਵਾਂਗ ਚਮਕਦਾ ਇਹ 골ਡ ਮੈਡਲ ਕੈਨੇਡਾ ਤੋਂ ਆਇਆ ਹੈ ਅਤੇ ਜਸਤੁਨ ਜਿੱਤੇ ਆਏ ਫਾਜ਼ਲਕਾ ਪੁਲਿਸ ਵਿੱਚ ਤਾਇਨਾਤ ਇੱਕ ਜਵਾਨ ਨੇ ਜੀ ਹਾਂ ਕੈਨੇਡਾ ਦੇ ਵਿਨੀਪੈਗ ਵਿੱਚ ਵਰਲਡ ਪੁਲਿਸ ਗੇਮ ਕਰਵਾਈਆਂ ਗਈਆਂ ਜਿਸ ਵਿੱਚ 70 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਜਦ ਕਿ ਇਹਨਾਂ ਗੇਮਾਂ ਵਿੱਚ ਫਾਜ਼ਲਕਾ ਪੁਲਿਸ ਦੇ ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਨੇ ਜਾਵਲਨ ਥਰੋ ਵਿੱਚ 골ਡ ਮੈਡਲ ਜਿੱਤ ਕੇ ਨਾ ਸਿਰਫ ਪੰਜਾਬ ਪੁਲਿਸ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਤੇ ਜ਼ਿਲ੍ਹੇ ਦੇ ਐਸਐਸਪੀ ਨੇ ਕਿਹਾ ਕਿ ਲਖਵਿੰਦਰ ਸਿੰਘ ਪੰਜਾਬ ਪੁਲਿਸ ਮੁਲਾਜ਼ਮਾਂ ਲਈ ਇੱਕ ਮਿਸਾਲ ਬਣ ਆਏ ਫਾਜ਼ਲਕਾ ਲਈ ਫਾਜ਼ਲਕਾ ਦੇ ਵਾਸੀਆਂ ਲਈ ਸਾਰਿਆਂ ਦੇ ਜਿਹੜੇ ਹੈਗੇ ਕੱਲਾ ਸਾਡੇ ਪੁਲਿਸ ਤਾਂ ਨਹੀਂ ਸਾਰੇ ਫਾਜ਼ਲਕਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਇਸ ਲੜਕੇ ਨੇ ਸੋ ਸੀਨੀਅਰ ਕਨਸਟੇਬਲ ਤਕਵੀਰ ਸਿੰਘ ਸਾਡੇ ਜਿਹੜੇ ਇਹ ਲਖਵਿੰਦਰ ਸਿੰਘ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਹੈਗਾ ਜੈਵਲਨ ਦੇ ਵਿੱਚ ਵਰਲਡ ਪੁਲਿਸ ਗੇਮਾਂ ਵਿੱਚ ਔਰ ਮੇਰੇ ਕੋਲੋਂ ਜਦੋਂ ਇਹ ਆਏ ਸੀ ਇੱਥੇ ਜਦੋਂ ਮੇਰੇ ਕੋਲੋਂ ਜਾ ਰਹੇ ਸੀ ਇੱਥੋਂ ਮਿਲ ਕੇ ਗਏ ਔਰ ਇਹਨਾਂ ਨੂੰ ਇਸ ਗੱਲ ਦਾ ਸੀਗਾ ਕਿ ਮੈਂ ਕੋਈ ਨਾ ਕੋਈ ਮੈਡਲ ਜਿੱਤ ਕੇ ਲਿਆਉਂਗਾ ਤੋਂ ਇਹ ਆਪ ਅੱਛੀ ਇਨਾਂ ਨੇ ਤਿਆਰੀ ਕੀਤੀ ਸੀ ਇਸ ਸਬੰਧ ਦੇ ਵਿੱਚ ਉਧਰ ਲਖਵਿੰਦਰ ਸਿੰਘ ਅਨੁਸਾਰ ਐਸਐਸਪੀ ਵੱਲੋਂ ਉਹਨਾਂ ਦੀ ਛੁੱਟੀ ਮਨਜ਼ੂਰ ਕੀਤੀ ਗਈ ਹੈ ਤੇ ਉਹ ਕੈਨੇਡਾ ਵਿੱਚ ਜਾ ਕੇ ਗੇਮ ਖੇਡ ਸਕੇ ਇਸ ਦੀ ਬਦੌਲਤ ਉਹਨਾਂ ਨੇ ਇਹ 골ਡ ਮੈਡਲ ਜਿੱਤ ਕੇ ਨਾਮ ਕਮਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31ਵੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਭਾਰਤੀ ਐਥਲੀਟਾਂ ਨੂੰ ਵਧਾਈ ਦਿੱਤੀ। ਇੱਕ ਟਵੀਟ ਵਿੱਚ ਮੋਦੀ ਨੇ ਕਿਹਾ ਕਿ ਖੇਡ ਦਾ ਇਹ ਪ੍ਰਦਰਸ਼ਨ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਐਥਲੀਟ ਸਾਰੇ ਰਿਕਾਰਡ ਤੋੜ ਕੇ 26 ਮੈਡਲ ਨਾਲ ਭਾਰਤ ਪਰਤੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 11 ਸੋਨ, 5 ਚਾਂਦੀ ਅਤੇ 10 ਕਾਂਸੀ ਦੇ ਤਮਗਿਆਂ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਇਹਨਾਂ ਬਿਹਤਰੀਨ ਐਥਲੀਟਾਂ ਨੂੰ ਦੇਸ਼ ਸਲੂਟ ਕਰਦਾ ਹੈ ਜਿਨ੍ਹਾਂ ਨੇ ਭਾਰਤ ਲਈ ਨਾਮਣਾ ਖੱਟਿਆ ਹੈ ਅਤੇ ਉੱਬਰ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੇ ਨੇ। ਏਸ਼ੀਆਈ ਚੈਂਪੀਅਨ ਸੌਕਰ ਟੂਰਨਾਮੈਂਟ ਵਿੱਚ ਚਾਜਪਾਰਾ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ ਇਸ ਦੌਰਾਨ ਭਾਰਤ ਏਸ਼ੀਆਈ ਚੈਂਪੀਅਨਸ ਟਰੋਫੀ 2023 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ ਚੇਨਈ ਵਿੱਚ ਭਾਰਤੀ ਮਰਦਾਂ ਦੀ ਟੀਮ ਨੇ ਦੱਖਣ ਕੋਰੀਆ ਨੂੰ 3-2 ਦੇ ਫਰਕ ਨਾਲ ਹਰਾਇਆ ਇਸ ਤੋਂ ਪਹਿਲਾਂ ਹੋਰਨਾਂ ਮੁਕਾਬਲਾਂ ਵਿੱਚ ਮਲੇਸ਼ੀਆ ਨੇ ਜਾਪਾਨ ਨੂੰ 3-1 ਨਾਲ ਹਰਾਇਆ ਜਦਕਿ ਪਾਕਿਸਤਾਨ ਨੇ ਚੀਨ ਤੇ 2-1 ਨਾਲ ਜਿੱਤ ਅਰਜ ਕੀਤੀ ਖਬਰਾਂ ਦੇ ਬਿਲਟਨ ਸਾਡੇ ਦਰਸ਼ਕ ਆ ਰਹੇ ਨੇ ਯੂਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਟਵਿੱਟਰ ਹੈਂਡਲ ਤੇ ਵੀ ਦੇਖ ਸਕਦੇ ਨੇ। ਪ੍ਰੋਟੀਨ ਦੇ ਖੇਰ ਵਿੱਚ ਚੁਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਲੋਕ ਸਭਾ ਵਿੱਚ ਕੇਂਦਰ ਸਰਕਾਰ ਖਿਲਾਫ ਬੇਪਰੋਸਗੀ ਮਤੇ ਤੇ ਚਰਚਾ جاری। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੌਜੂਦਾ ਅਸਲੀ ਅਸਲ ਡੀਡੀਪੀ ਦਰ 6.5% ਤੱਕ ਪਹੁੰਚਣ ਦਾ ਲਾਇਆ ਅਨੁਮਾਨ। ਸੱਤ ਮੈਮਰੀ ਅੰਤਰ ਮੰਤ్రਾਲਾ ਕੇਂਦਰੀ ਟੀਮ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਤਮੀਆ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਭਾਰਤੀ ਖਿਡਾਰੀਆਂ ਨੂੰ ਦਿੱਤੀ ਵਧਾਈ ਅੱਜ ਦੇ ਏਸ਼ੀਆ ਚੈਂਪੀਅਨਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਬ੍ਰਿਟਨ ਖਤਮ ਹੁੰਦਾ ਹੈ। ਆਗਿਆ ਦਿਓ ਤਨਫਾਦ।